ਓਐਕਸਐਲ ਮਲਟੀਮੀਡੀਆ ਵੱਲੋਂ ਆਸਟ੍ਰੇਲੀਅਨ ਇੰਸਟੀਚਿਊਟ ਆਫ ਐਡਵਾਂਸ ਸਟੱਡੀਜ਼ ਦੇ ਸਹਿਯੋਗ ਨਾਲ ਸੈਮੀਨਾਰ ਕਰਾਇਆ ਗਿਆ। AIS ਦੇ ਡਾਇਰੈਕਟਰ ਪੰਕਜ ਸਾਹਨੀ ਅਤੇ ਕ੍ਰੋਸ ਕੰਟੈਂਟ ਐਜੂਕੇਸ਼ਨ ਆਸਟ੍ਰੇਲੀਆ ਦੇ ਵਿਕਾਸ ਹਾਂਡਾ ਨੇ ਸੰਬੋਧਨ ਕਰਦਿਆਂ ਆਸਟ੍ਰੇਲੀਆ 'ਚ ਮਲਟੀਮੀਡੀਆ ਦੇ ਕੋਰਸਾਂ ਬਾਰੇ ਵਿਦਿਆਰਥੀਆਂ ਨੂੰ ਜਾਗਰੂਕ ਕੀਤਾ ਅਤੇ ਦੱਸਿਆ ਗਿਆ ਕਿ ਵਿਦਿਆਰਥੀ ਆਸਟ੍ਰੇਲੀਆ ਜਾ ਕੇ ਇਹ ਕੋਰਸ ਕਰ ਸਕਦੇ ਹਨ। ਓਐਕਸਐਲ ਦੇ ਡਾਇਰੈਕਟਰ ਗਗਨ ਮਲਹੋਤਰਾ, ਵਿਕਾਸ ਅਤੇ ਰਾਜੀਵ ਸਮੇਤ ਕਈ ਵਿਦਿਆਰਥੀ ਮੌਜੂਦ ਸਨ। To OXL, Multimedia College, and to do a presentation for the students here. What I want to say is, first of all, I've seen the facilities in this place and they are very good, very highly recommended. And I also looked at the output the students are doing, the kind of work they do, the courses, and to be honest, they're at a par or not, if not, a lot, very high standard. I've looked at the work, they're very good standard work. ਉਹਨਾਂ ਨੇ ਬੱਚਿਆਂ ਨੂੰ ਡਿਟੇਲ ਦੇ ਵਿੱਚ ਜਾਣਕਾਰੀ ਦਿੱਤੀ ਕਿ ਆਉਣ ਵਾਲੇ ਟਾਈਮ ਦੇ ਵਿੱਚ ਮਲਟੀਮੀਡੀਆ ਦਾ ਇੰਟਰਨੈਸ਼ਨਲ ਮਾਰਕੀਟ ਦੇ ਵਿੱਚ ਕੀ ਸਕੋਪ ਹੈ ਔਰ ਆਸਟ੍ਰੇਲੀਆ ਦੇ ਵਿੱਚ ਕੀ ਸਕੋਪ ਹੈ, ਕਿਸ ਤਰ੍ਹਾਂ ਦਾ ਐਕਸਪੋਜ਼ਰ ਉਹਨਾਂ ਨੂੰ ਮਿਲ ਸਕਦਾ ਹੈ। ਨਾਲ ਦੀ ਨਾਲ ਉਹਨਾਂ ਨੇ ਆਪਣੇ ਇੰਸਟੀਚਿਊਟ ਬਾਰੇ ਜਾਣਕਾਰੀ ਦਿੱਤੀ ਕਿ ਕਿਸ ਤਰ੍ਹਾਂ ਦੇ ਕੋਰਸਿਸ, ਕਿਸ ਤਰ੍ਹਾਂ ਦੇ ਪ੍ਰੋਗਰਾਮਸ ਉਹਨਾਂ ਦੇ ਉੱਥੇ ਚਲਾਏ ਜਾਂਦੇ ਨੇ ਔਰ ਕੀ ਡਿਫਰੈਂਸ ਹੈ ਇੰਡੀਆ ਔਰ ਉੱਥੋਂ ਦੇ ਪ੍ਰੋਗਰਾਮਸ ਦੇ।